ਇਹਦੇ ਵਿੱਚ ਉਦੋਂ ਸੋਧ ਹੋਈ ਸੀ, ਪਰ ਜਿੰਨੀ ਸੋਧ ਹੋਣੀ ਚਾਹੀਦੀ ਹੋਈ ਨਹੀਂ। ਇਹਦੇ 'ਤੇ ਫਿਰ ਵਿਚਾਰ ਕਰਨ ਦੀ ਲੋੜ ਪਵੇਗੀ, ਜੋ ਬਹੁਤ ਜਲਦੀ ਸਿੰਘ ਸਾਹਿਬਾਂ ਨਾਲ ਵਿਚਾਰ ਕਰਕੇ ਜਿਹੜੇ ਪ੍ਰਬੰਧਕ ਨੇ ਸ਼੍ਰੋਮਣੀ ਕਮੇਟੀ ਹੈ ਉਹਨਾਂ ਦੇ ਧਿਆਨ ਵਿੱਚ ਲਿਆ ਕੇ ਪੂਰਨ ਤੌਰ 'ਤੇ ਜੋ ਸਿੱਖ ਆਨੰਦ ਮੈਰਿਜ ਐਕਟ ਹੈ ਉਸ ਨੂੰ ਲਾਗੂ ਕਰਾਉਣ ਦੇ ਵਾਸਤੇ ਯਤਨ ਕੀਤਾ ਜਾਵੇਗਾ। ਸਾਈਨ ਨਹੀਂ ਹੈਗੇ ਸੀ, ਹੁਣ ਉਹਦੇ ਆਪਦੇ ਖੁਦ ਦੇ ਸਾਈਨ। ਫਿਲਮ ਨਾਲ ਡੇਰੇ ਨਾਲ ਉਹਨਾਂ ਦੇ ਨਾਲ ਸਾਡਾ ਕੋਈ ਸੰਬੰਧ ਨਹੀਂ, ਸਾਡਾ ਜਿਹੜਾ ਉਹਦੇ ਕੋਲ ਸਾਡੇ ਕੋਲ ਜੋ ਡਾਕੂਮੈਂਟ ਆਇਆ ਉਹਦੇ ਨਾਲ ਸੰਬੰਧ।